ਬਿਲਕੁਲ ਜੀ, ਪਹਿਲਾਂ ਹੀ ਅਸੀਂ ਤਕਰੀਬਨ 15-20 ਦਿਨ ਪਹਿਲਾਂ ਅਸੀਂ ਜਿਹੜਾ ਇਹ ਨੋਟ ਸਰਕਾਰ ਨੂੰ ਦਿੱਤੇ ਆ, ਮੈਨੇਜਮੈਂਟ ਨੂੰ ਵੀ ਦਿੱਤੇ ਆ। ਜਿਹੜਾ ਕੇਂਦਰ ਸਰਕਾਰ ਵੱਲੋਂ ਕਣਕ ਨੂੰ ਜਿਹੜਾ ਉਹ ਡਰਾਈਵਰਾਂ ਪ੍ਰਤੀ ਪਾਸ ਕੀਤਾ ਗਿਆ ਕਿ ਇਹ ਜੇਕਰ ਕੋਈ ਡਰਾਈਵਰ ਕੋਈ ਹਾਦਸਾ ਕਰ ਦਿੰਦਾ ਤੇ ਉਹਨੂੰ ਜਿਹੜਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਜਿਹੜਾ ਉਹਦੇ ਕੋਲ ਭਰਿਆ ਜਾਊਗਾ। ਸੁਰੱਖਿਆ ਲੋਕਾਂ ਦੀ ਵੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਤੇ ਡਰਾਈਵਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲਿਆ ਗਿਆ ਕਿ ਜੇ 52 ਸਵਾਰੀਆਂ ਦੀ ਬੱਸ ਜਿਹੜੀ ਪਾਸ ਆ, 52 ਸੀਟਡ ਬੱਸ ਪਾਸ ਆ, ਤਾਂ 52 ਜਿਹੜੇ ਪੈਸੰਜਰ ਬਹਿਣੇ ਚਾਹੀਦੇ ਆ। ਸੂਬੇ ਭਰ ਦੇ ਵਿੱਚ ਬੱਸ ਯੂਨੀਅਨ ਆਪਰੇਟਰਾਂ ਵੱਲੋਂ ਜਿਹੜਾ ਇੱਕ ਨਵਾਂ ਸੂਚਨਾ ਜੋ ਹੈ ਜਾਰੀ ਕਰ ਦਿੱਤੀ ਗਈ ਹੈ ਕਿ ਜਿੰਨੇ ਵੀ ਸੀਟਾਂ ਹੋਣਗੀਆਂ, ਪੰਜਾਬ ਰੋਡਵੇਜ਼ ਦੀ ਬੱਸ ਦੀ ਗੱਲ ਕਰ ਲਈਏ, PRTC ਦੀ ਗੱਲ ਕਰ ਲਈਏ, ਤਾਂ ਜਿੰਨੀਆਂ ਸੀਟਾਂ ਹੋਣਗੀਆਂ ਉਨੀਆਂ ਹੀ ਸਵਾਰੀਆਂ ਜੋ ਆ ਬੱਸ ਦੇ ਵਿੱਚ ਬਿਠਾਈਆਂ ਜਾਣਗੀਆਂ। ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬੱਸ ਸਟੈਂਡ ਤੋਂ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ ਬਕਾਇਦਾ ਬੱਸਾਂ ਦੇ ਬਾਹਰ ਪੋਸਟਰ ਵੀ ਜਿਹੜੇ ਆ ਕਿਤਨਾ ਕਿਤੇ ਕੱਢ ਕੇ ਇਹਨਾਂ ਵੱਲੋਂ ਲਗਾ ਦਿੱਤੇ ਗਏ ਨੇ। ਤਾਂ ਇੱਕ ਅਪੀਲ ਕੀਤੀ ਜਾ ਰਹੀ ਆ ਜਿੰਨੇ ਵੀ ਜੋ ਹੈਗੀਆਂ ਨੇ ਆਪਣਾ ਸਵਾਰੀਆਂ, ਤਾਂ ਉਹਨਾਂ ਨੂੰ ਇਹ ਜਿਹੜੀ ਜ਼ਰੂਰੀ ਸੂਚਨਾ ਹੈਗੀ ਆ, ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 23/1/24 ਤੋਂ ਟਰਾਂਸਪੋਰਟ ਰੂਲਾਂ ਤਹਿਤ ਬੱਸ ਵਿੱਚ ਨਿਰਧਾਰਿਤ ਸੀਟਾਂ ਅਨੁਸਾਰ ਹੀ ਸਵਾਰੀਆਂ ਚੜ੍ਹਾਈਆਂ ਜਾਣਗੀਆਂ। ਇਹ ਫੈਸਲਾ ਹਰ ਸਵਾਰੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਿਆ ਗਿਆ ਹੈ ਵੱਲੋਂ ਪਨ ਬੱਸ ਅਤੇ PRTC ਵਰਕਰ ਯੂਨੀਅਨ। ਤਾਂ ਕਹਿ ਸਕਦੇ ਹਾਂ ਕਿ ਇਹਨਾਂ ਵੱਲੋਂ ਜੋ ਅੱਜ ਵੱਡਾ ਐਲਾਨ ਕਰ ਦਿੱਤਾ ਗਿਆ ਸੂਬੇ ਭਰ ਦੇ ਵਿੱਚ, ਕਿਉਂਕਿ ਪਹਿਲਾਂ ਦੀ ਗੱਲ ਕਰ ਲਈਏ ਹਿੱਟ ਐਂਡ ਰਨ ਨੂੰ ਲੈ ਕੇ ਕਾਫੀ ਜੋ ਹੜਤਾਲਾਂ ਵੀ ਵੇਖਣ ਨੂੰ ਮਿਲੀਆਂ ਨੇ। ਤਾਂ ਹੁਣ ਜਿੰਨੇ ਵੀ ਮੁਲਾਜ਼ਮ ਹੈਗੇ ਨੇ ਇਹਨਾਂ ਵੱਲੋਂ ਇੱਕ ਵੱਡੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਸੂਚਨਾ ਜੋ ਹੈ ਪੂਰੇ ਪੰਜਾਬ ਭਰ ਦੇ ਵਿੱਚ ਸੂਬੇ ਭਰ ਦੇ ਵਿੱਚ ਇਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ। ਅਤੇ ਸਾਡੇ ਨਾਲ ਪਹਿਲਾਂ ਤਾਂ ਉਹਨਾਂ ਵਰਕਰ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰਾਂਗੇ। ਤਾਂ ਜਿਹੜੀ ਇਹ ਐਲਾਨ ਕੀਤਾ ਗਿਆ ਕਿਵੇਂ ਵੇਖ ਦਿਓ ਇਸ ਨੂੰ? ਤਾਂ ਅਗਰ ਸਵਾਰੀਆਂ ਦੀ ਗੱਲ ਕਰ ਲਈਏ ਤਾਂ ਸਭ ਤੋਂ ਜ਼ਿਆਦਾ ਸਵਾਰੀ ਜੋ ਆ ਪੰਜਾਬ ਰੋਡਵੇਜ਼ ਦੀ ਬੱਸ 'ਚ PRTC 'ਚ ਬਹਿੰਦੀ ਆ, ਕਿਉਂਕਿ ਖਾਸ ਤੌਰ ਦੇ ਉੱਤੇ ਜ਼ਿਆਦਾਤਰ ਬੀਬੀਆਂ ਜੋ ਹੈ ਸਫ਼ਰ ਦਾ ਆਨੰਦ ਲੈਂਦੀਆਂ ਨੇ ਕਿਉਂਕਿ ਆਧਾਰ ਕਾਰਡ ਵਾਲੀਆਂ। ਤਾਂ ਹੁਣ ਕਿੰਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ? ਬਿਲਕੁਲ ਜੀ, ਪਹਿਲਾਂ ਅਸੀਂ ਤਕਰੀਬਨ 15-20 ਦਿਨ ਪਹਿਲਾਂ ਅਸੀਂ ਜਿਹੜਾ ਇਹ ਨੋਟ ਸਰਕਾਰ ਨੂੰ ਦਿੱਤੇ ਆ, ਮੈਨੇਜਮੈਂਟ ਨੂੰ ਵੀ ਦਿੱਤੇ ਆ, ਕਿ ਇੱਕ ਜਿਹੜਾ ਕੇਂਦਰ ਸਰਕਾਰ ਵੱਲੋਂ ਕਣਕ ਨੂੰ ਜਿਹੜਾ ਉਹ ਡਰਾਈਵਰਾਂ ਪ੍ਰਤੀ ਪਾਸ ਕੀਤਾ ਗਿਆ ਕਿ ਇਹ ਜੇਕਰ ਕੋਈ ਡਰਾਈਵਰ ਕੋਈ ਹਾਦਸਾ ਕਰ ਦਿੰਦਾ ਤੇ ਉਹਨੂੰ ਜਿਹੜਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਜਿਹੜਾ ਉਹਦੇ ਕੋਲ ਭਰਿਆ ਜਾਊਗਾ। ਅਤੇ ਜਿਹੜਾ ਆਪਣੇ ਸਰਕਾਰ ਦੇ ਰੂਲ ਆ, ਸਰਕਾਰ ਹੀ ਕਹਿੰਦੀ ਆ, ਸਾਡਾ ਟਰਾਂਸਪੋਰਟ ਮੰਤਰੀ ਵੀ ਕਹਿੰਦੇ ਨੇ ਕਿ 52 ਸਵਾਰੀਆਂ ਤੋਂ ਉੱਪਰ ਸਵਾਰੀ ਅਸੀਂ ਜਿਹੜੀ ਬੱਸ ਦੇ ਵਿੱਚ ਉਹ ਨਹੀਂ ਚੜ੍ਹਾ ਸਕਦੇ। ਜੇਕਰ 52 ਸਵਾਰੀਆਂ ਤੋਂ ਉੱਤੇ ਓਵਰਲੋਡਿੰਗ ਸਵਾਰੀਆਂ ਸਾਡੀਆਂ ਵੇਖੋ ਵੀ 125-25-30-30 ਸਵਾਰੀਆਂ ਸਫ਼ਰ ਕਰ ਰਹੀਆਂ, ਜਿਹੜਾ ਉਹ ਵੀ ਤਾਂ ਇੱਕ ਕਾਨੂੰਨਾਂ ਦੀ ਜਿਹੜੀਆਂ ਧੱਜੀਆਂ ਡਾਈਆਂ ਜਾ ਰਹੀਆਂ। ਅਸੀਂ ਲੋਕਾਂ ਨੂੰ ਸੁਰੱਖਿਆ ਲੋਕਾਂ ਦੀ ਵੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਅਤੇ ਡਰਾਈਵਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲਿਆ ਗਿਆ ਕਿ ਜੇ 52 ਸਵਾਰੀਆਂ ਦੀ ਬੱਸ ਜਿਹੜੀ ਪਾਸ ਆ, 52 ਸੀਟਡ ਬੱਸ ਪਾਸ ਆ, ਤਾਂ 52 ਜਿਹੜੇ ਪੈਸੰਜਰ ਬਹਿਣੇ ਚਾਹੀਦੇ ਆ। ਜੇਕਰ ਤੁਹਾਨੂੰ ਵੀ ਪਤਾ ਵੀ ਇਹਦੇ ਵਿੱਚ ਲੋਕ ਵੀ ਬੜੇ ਪਰੇਸ਼ਾਨ ਹੋ ਰਹੇ ਆ, 100-150 ਸਵਾਰੀ ਚੜ੍ਹਨ ਦੇ ਬਾਵਜੂਦ ਲੋਕ ਫਿਰ ਝਗੜਾ ਕਰਦੇ ਆ ਵੀ ਸਾਨੂੰ ਚੜ੍ਹਾਇਆ ਜਾਏ। ਇਸ ਕਰਕੇ ਸਾਡੀ ਜਥੇਬੰਦੀ ਵੱਲੋਂ ਇਹ ਫੈਸਲਾ ਕਿ ਜਿਹੜੀਆਂ ਸਾਡੀਆਂ ਬਾਕੀ ਰਹਿੰਦੀਆਂ ਮੰਗਾਂ ਵੀ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ, ਅਤੇ ਜੇਕਰ ਇਹਨਾਂ ਕੋਲ ਬੱਸਾਂ ਘੱਟ ਆ ਉਹ 'ਚ ਕੋਈ ਜਾਂ ਡਰਾਈਵਰਾਂ ਦਾ ਜਾਂ ਕੋਈ ਸਾਡੀ ਜਥੇਬੰਦੀ ਦਾ ਨਹੀਂ ਦੋਸ਼, ਉਹ ਸਰਕਾਰ ਦਾ ਕਸੂਰ ਆ ਕਿ ਬੱਸਾਂ ਵੱਧ ਪਾਏ ਅਤੇ ਜਿਹੜਾ ਸਹੀ ਤਰੀਕੇ ਨਾਲ ਸਫ਼ਰ ਜਿਹੜਾ ਕਰਵਾਇਆ ਜਾ ਸਕੇ।
ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਹਾਲੇ ਆਪਾਂ ਕਾਨੂੰਨ ਨਹੀਂ ਲਗਾਉਂਦੇ ਕਿ ਸੋਧ ਵੀ ਕਰ ਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਫਿਰ ਵੀ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਫੈਸਲਾ ਲਿਆ, ਕਿਉਂਕਿ ਅਕਸਰ ਇਹ ਜੋ ਦਿੱਕਤ ਜਾਂ ਸਮੱਸਿਆਵਾਂ ਉਦੋਂ ਆਉਂਦੀਆਂ ਜਦੋਂ ਪਿੰਡਾਂ ਦੇ ਵਿੱਚ ਬੱਸਾਂ ਜਾਂਦੀਆਂ ਨੇ, ਅਤੇ ਅਗਰ ਕੋਈ ਚੜ੍ਹਨ ਦੀ ਕਿਤੇ ਨਾ ਕਿਤੇ ਜ਼ਿੱਦ ਕਰੇਗਾ ਬੱਸ ਦੇ ਵਿੱਚ ਸਵਾਰੀ, ਅਗਰ ਕਹੇਗੀ ਕਿ ਸਾਨੂੰ ਲੈ ਕੇ ਚੱਲੋ, ਅਤੇ ਅਗਰ ਸੀਟਾਂ ਫੁੱਲ ਹੋਣੀਆਂ ਤਾਂ ਹੁਣ ਸਵਾਰੀਆਂ ਨਹੀਂ ਚੜ੍ਹਾਈਆਂ ਜਾਣੀਆਂ ਬੱਸ ਦੇ ਵਿੱਚ। ਬਿਲਕੁਲ ਜੀ, ਜੇ ਕੋਈ ਝਗੜਾ ਹੁੰਦਾ ਤਾਂ ਉਹਦਾ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਆ, ਸਰਕਾਰ ਆ, ਮੈਨੇਜਮੈਂਟ ਆ, ਕਿਉਂਕਿ ਜਿਹੜਾ ਕਾਨੂੰਨ ਤੌਰ 'ਤੇ ਜਿਹੜੀ ਗੱਲ ਬਣਦੀ ਆ, ਜਿਹੜਾ ਰੂਲ ਬਣਦਾ ਅਸੀਂ ਉਹਨੂੰ ਫੋਲੋ ਕਰ ਰਹੇ ਹਾਂ। ਅਸੀਂ ਕੋਈ ਆਪਣਾ ਇਹ ਗਲਤ ਜਿਹੜੀ ਆ ਉਹ ਸਾਡੇ ਵੱਲੋਂ ਕੋਈ ਗਲਤ ਇਹੋ ਜਿਹਾ ਕੋਈ ਕਾਨੂੰਨ ਜਿਹੜਾ ਜਾਂ ਆਪਣੇ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਜਿਹੜੀ ਇਹੋ ਜਿਹੀ ਗੱਲ ਨਹੀਂ ਕੀਤੀ ਜਾ ਰਹੀ, ਕਿਉਂਕਿ ਜਿਹੜਾ ਤੁਸੀਂ ਕੇਂਦਰ ਸਰਕਾਰ ਦੀ ਗੱਲ ਕਰਦੇ ਹੋ, ਉਹਨਾਂ ਨੇ ਭਰੋਸਾ ਦਿੱਤਾ, ਅਤੇ ਭਰੋਸਾ ਜਿਹੜਾ ਉਹ ਤੁਹਾਨੂੰ ਪਤਾ ਵੀ ਜਿੰਨਾ ਚਿਰ ਉਹਦਾ ਕੋਈ ਦੁਬਾਰਾ ਸੋਧ ਨਹੀਂ ਹੁੰਦੀ, ਅਤੇ ਉਹ ਭਰੋਸੇ ਦਾ ਕੋਈ ਇਤਬਾਰ ਨਹੀਂ ਗਾ, ਕਿਉਂਕਿ ਕੇਂਦਰ ਸਰਕਾਰ ਨੂੰ ਜੇ ਭਰੋਸਾ ਦਿੱਤਾ ਗਿਆ ਤਾਂ ਹੁਣ ਤੱਕ ਜਿਹੜਾ ਉਹਦੇ ਵਿੱਚ ਸੋਧ ਹੋਣੀ ਚਾਹੀਦੀ ਸੀ। ਜਿੰਨਾ ਚਿਰ ਉਹ ਕਾਨੂੰਨ ਦੇ ਵਿੱਚ ਸੋਧ ਨਹੀਂ ਹੁੰਦੀ, ਅਤੇ ਬਾਕੀ ਰਹਿੰਦੀਆਂ ਮੰਗਾਂ ਜਿਹੜੀਆਂ ਸਾਡੀਆਂ, ਜਿਹੜੀਆਂ ਸਾਡੇ ਜਥੇਬੰਦੀ ਨੇ ਜਾਂ ਪੰਨ ਬੱਸ ਜਾਂ PRTC ਦੇ ਨਾਲ ਜਿਹੜੀਆਂ ਇਹ ਹੈਗੀਆਂ ਨੇ, ਉਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਅਤੇ ਉਹਨਾਂ ਚਿਰ ਜਿਹੜਾ ਸਾਡਾ ਸੰਘਰਸ਼ ਆ ਉਹ ਜਾਰੀ ਰਹੂਗਾ। ਤਾਂ ਕੁਛ ਹੋਰ ਵੀ ਜਿਹੜੇ ਨਾਲ ਮੇਰੇ ਮੁਲਾਜ਼ਮ ਨਾਲ ਹੈਗੇ ਨੇ, ਤਾਂ ਕਿਹੜੀਆਂ ਕਿਹੜੀਆਂ ਦਿੱਕਤਾਂ ਜਿਹੜੀਆਂ ਖਾਸ ਤੌਰ 'ਤੇ ਵੇਖਣ ਨੂੰ ਮਿਲਦੀਆਂ ਜਦੋਂ, ਕਿਉਂਕਿ ਇਹ ਐਲਾਨ ਤਾਂ ਕਰ ਦਿੱਤਾ ਗਿਆ, ਪਰ ਜਦੋਂ ਹੁਣ ਸਵਾਰੀਆਂ ਬਿਠਾਉਣ ਦਾ ਸਮਾਂ ਆਏਗਾ ਜਾਂ ਪਿੰਡਾਂ 'ਚ ਜਾਣ ਦਾ ਸਮਾਂ ਆਏਗਾ, ਤਾਂ ਤੁਹਾਡੇ ਵੱਲੋਂ ਪੋਸਟਰ ਵੀ ਲਗਾ ਦਿੱਤੇ ਗਏ ਨੇ, ਪਰ ਉਸ ਵੇਲੇ ਕਿਸ ਤਰੀਕੇ ਨਾਲ, ਕਿਉਂਕਿ ਕਈ ਵਾਰ ਲੋਕ ਲੜਨ ਤੱਕ ਵੀ ਜਾਂਦੇ ਨੇ? ਵੇਖੋ ਜੀ, ਅਸੀਂ ਤਾਂ ਲੋਕਾਂ ਨੂੰ ਪਿਆਰ ਨਾਲ ਜਿਹੜਾ ਵਾ ਉਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਸੇ ਲਈ ਅਸੀਂ ਪਹਿਲਾਂ ਤੋਂ ਹੀ ਜਿਹੜੇ ਆ ਇਹ ਪੋਸਟਰ ਵਗੈਰਾ ਲਗਾ ਕੇ ਬੱਸ ਸਟੈਂਡਾਂ 'ਤੇ ਜਾਂ ਆਪਣੀਆਂ ਬੱਸਾਂ ਦੇ ਵਿੱਚ ਲੋਕਾਂ ਨੂੰ ਪਹਿਲਾਂ ਹੀ ਇਸ ਚੀਜ਼ ਬਾਰੇ ਜਿਹੜੀ ਆ ਉਹ ਸੂਚਨਾ ਦੇ ਦਿੱਤੀ ਆ ਕਿ ਇਹ ਸਿਰਫ ਤੁਹਾਡੇ ਵੀ ਭਲੇ ਵਿੱਚ ਆ ਅਤੇ ਸਾਡੇ ਭਲੇ ਹਿੱਤ 'ਚ ਵੀ, ਜਿਵੇਂ ਕਿ ਡਰਾਈਵਰਾਂ ਦੇ ਲਈ ਜਿਹੜੇ ਟ੍ਰੈਫਿਕ ਜਿਹੜਾ ਆਪਾਂ ਇੱਕ ਨਾਂ ਦਾ ਉਹ ਕਹਿ ਸਕਦੇ ਹਾਂ ਵੀ ਸੋਧ ਕਰਨ ਦੇ ਸੰਬੰਧ ਨੂੰ ਲੈ ਕੇ ਜਿਹੜਾ ਉਹ ਕਾਨੂੰਨ ਬਣਾਏ ਗਏ ਨੇ ਉਹ ਬਹੁਤ ਮਾਰੂ ਨੇ। ਉਹ ਗੱਲ ਬੱਸ ਡਰਾਈਵਰ ਦੀ ਨਹੀਂ ਆ, ਕੋਈ ਵੀ ਸਕੂਟਰ ਕਾਰ ਵਾਲਾ ਵੀ ਉਹ ਰੂਲ ਉਹਦੇ 'ਤੇ ਵੀ ਲਾਗੂ ਹੋਣਾ ਆ, ਅਤੇ ਉਹ ਬਹੁਤ ਮਾਰੂ ਜਿਹੜੀਆਂ ਨੀਤੀਆਂ ਵਾ ਸੈਂਟਰ ਸਰਕਾਰ ਦੀਆਂ ਇਹ ਰੂਲ ਲੈ ਕੇ ਆਏ ਨੇ, ਜਿਸ ਵਾਸਤੇ ਅਸੀਂ ਪਬਲਿਕ ਦੇ ਜਿਹੜਾ ਵਾ ਉਹਨਾਂ ਦੀ ਹਿਫਾਜ਼ਤ ਧਿਆਨ ਨੂੰ ਮੁੱਖ ਰੱਖਦੇ ਹਾਂ ਜਿਹੜਾ ਵਾ ਇਹ ਫੈਸਲਾ ਲਿਆ, ਕਿਉਂਕਿ ਫ੍ਰੀ ਸਫ਼ਰ ਹੋਣ ਕਰਕੇ ਬੱਸਾਂ ਦੇ ਵਿੱਚ ਜਿਹੜੀ ਆ ਜ਼ਿਆਦਾ ਸਵਾਰੀ ਬੈਠਦੀ ਆ, 100-100 ਸਵਾਰੀ ਹੁੰਦੀ ਆ, ਪਰ ਕੱਲ੍ਹ ਨੂੰ ਕੋਈ ਹਾਦਸਾ ਵਾਪਰ ਜਾਂਦਾ, ਕੋਈ ਡਿੱਗ ਗਿਆ ਕੁਛ, ਤਾਂ ਅਸੀਂ ਇਹ ਵੀ ਸੋਚਦੇ ਹਾਂ ਕਿ ਕਿਸੇ ਪਬਲਿਕ ਦੇ ਵਿੱਚੋਂ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਡਰਾਈਵਰ ਵੀ ਜਿਹੜਾ ਵਾ ਉਹ ਸੇਫ ਰਹੇ। ਇਸ ਦੇ ਨਾਲ ਜਿੱਦਾਂ ਬੀਬੀਆਂ ਖਾਸ ਤੌਰ ਦੇ ਉੱਤੇ, ਕਿਉਂਕਿ ਬੱਸ ਦੇ ਵਿੱਚ ਸਭ ਤੋਂ ਜ਼ਿਆਦਾ ਰਸ਼ ਜੋ ਬੀਬੀਆਂ ਦਾ ਹੁੰਦਾ, ਕਿਉਂਕਿ ਉਹ ਵੀ ਆਧਾਰ ਕਾਰਡ ਕਰਕੇ ਖਾਸ ਤੌਰ ਦੇ ਉੱਤੇ ਕਿ ਆਧਾਰ ਕਾਰਡ ਦਿਖਾਇਆ ਤਾਂ ਸਫ਼ਰ ਕਰ ਲਿਆ, ਤਾਂ ਕਿਤੇ ਨਾ ਕਿਤੇ ਜੇਕਰ ਕੱਲ੍ਹ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਬੀਬੀਆਂ ਨੂੰ ਖਾਸ ਤੌਰ 'ਤੇ ਕਹਿਣਾ ਚਾਹੁੰਦੇ ਸਰਕਾਰ ਨੂੰ ਨਾਲ ਕੀ ਕਹਿਣਾ ਚਾਹੋਗੇ, ਕਿਉਂਕਿ ਅਗਰ ਕੋਈ ਵੀ ਡਰਾਈਵਰ ਦੇ ਨਾਲ ਜਾਂ ਕੰਡਕਟਰ ਦੇ ਨਾਲ ਕੋਈ ਉਲਝਦਾ ਤਾਂ ਉਹਦਾ ਜ਼ਿੰਮੇਵਾਰ ਫਿਰ ਕੌਣ ਹੈ? ਵੇਖੋ ਜੀ, ਜ਼ਿੰਮੇਵਾਰ ਆਪਾਂ ਜਦੋਂ ਪਹਿਲਾਂ ਸਰਕਾਰ ਨੂੰ ਇਸ ਚੀਜ਼ ਦਾ ਨੋਟਿਸ ਦੇ ਚੁੱਕੇ ਹਾਂ, ਇਹਦੇ ਲਈ ਤਾਂ ਸਰਕਾਰ ਨੂੰ ਪਹਿਲਾਂ ਤੋਂ ਤਿਆਰੀ ਚਾਹੀਦੀ ਆ। ਆਪਾਂ ਹੁਣ ਵੀ ਕਹਿੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀਆਂ ਵਾ ਸਰਕਾਰੀ ਬੱਸਾਂ ਪਾਈਆਂ ਜਾਣ, ਜਿਹਦੇ ਵਿੱਚ ਪਬਲਿਕ ਨੂੰ ਉਸ ਚੀਜ਼ ਦੀ ਸਹੂਲਤ ਮਿਲ ਸਕੇ, ਲੋਕ ਬੜੇ ਆਰਾਮ ਨਾਲ ਜਿਹੜਾ ਵਾ ਉਹ ਸਫ਼ਰ ਕਰ ਸਕਣ, ਝਗੜੇ ਵਾਲਾ ਮਾਹੌਲ ਨਾ ਬਣੇ। ਇਸ ਲਈ ਤਾਂ ਅਸੀਂ ਪਹਿਲਾਂ ਤੋਂ ਹੀ ਜਿਹੜੇ ਸਰਕਾਰ ਨੂੰ ਨੋਟਿਸ ਦਿੱਤੇ ਹੋਏ ਨੇ ਇਸ ਚੀਜ਼ ਦੇ। ਜੀ ਜੀ ਬਿਲਕੁਲ, ਜਿਸ ਤਰੀਕੇ ਨਾਲ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ, ਤੁਸੀਂ ਵੇਖ ਸਕਦੇ ਹੋ, ਹਾਲਾਂਕਿ ਜੇਕਰ ਸਰਕਾਰੀ ਬੱਸ ਦੀ ਗੱਲ ਕੀਤੀ ਜਾਵੇ ਤਾਂ ਐਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੁਣ ਜੋ ਸਵਾਰੀਆਂ ਨੇ ਸਵਾਰੀਆਂ ਉਸੇ ਤਰੀਕੇ ਦੇ ਨਾਲ ਪਾਈਆਂ ਜਾਣਗੀਆਂ, ਜਿੰਨੀਆਂ ਸੀਟਾਂ ਓਨੀਆਂ ਹੀ ਸਵਾਰੀਆਂ ਜੋ ਆ ਬੱਸ ਦੇ ਵਿੱਚ ਬਿਠਾਈਆਂ ਜਾਣਗੀਆਂ। ਅਗਰ ਕੋਈ ਵੀ ਇੱਕ ਵੀ ਵਿਅਕਤੀ ਅਗਰ ਜ਼ਿਆਦਾ ਹੋਏਗਾ ਤਾਂ ਉਸਨੂੰ ਜਿਹੜਾ ਬੱਸ ਦੇ ਵਿੱਚ
ਨਹੀਂ ਬਿਠਾਇਆ ਜਾਏਗਾ। ਤਾਂ ਆਏ ਖਾਸ ਤੌਰ ਦੇ ਉੱਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚੋਂ। ਤਾਂ ਤੁਸੀਂ ਵੇਖ ਸਕਦੇ ਹੋ ਕਿ ਜੀ ਜਿੰਨੀਆਂ ਸੀਟਾਂ ਨੇ ਉਨੀਆਂ ਹੀ ਜਿਹੜੀਆਂ ਸਵਾਰੀਆਂ ਨੇ ਇਸ ਦੇ ਵਿੱਚ ਬਿਠਾਈਆਂ ਗਈਆਂ ਨੇ। ਕੋਈ ਵੀ ਵੱਧ ਜੋ ਵਿਅਕਤੀ ਹੈ ਇਸ ਬੱਸ ਦੇ ਵਿੱਚ ਨਹੀਂ ਬਿਠਾਇਆ ਜਾਏਗਾ। ਇਹ ਐਲਾਨ ਜੋ ਵਾ PRTC ਅਤੇ ਨਾਲ ਪੰਜਾਬ ਰੋਡਵੇਜ਼ ਦੇ ਬੱਸ ਅਧਿਕਾਰੀਆਂ ਵੱਲੋਂ ਕੀਤਾ ਗਿਆ, ਖਾਸ ਤੌਰ 'ਤੇ ਕੇਂਦਰ ਸਰਕਾਰ ਦੇ ਖਿਲਾਫ਼। ਤਾਂ ਇੱਥੇ ਜ਼ਰੂਰ ਕੁਛ ਬੀਬੀਆਂ ਦੇ ਨਾਲ ਵੀ ਜ਼ਰੂਰ ਗੱਲ ਕਰਾਂਗੇ। ਹੁਣ ਜੀ ਜਿੰਨੀਆਂ ਸਵਾਰੀਆਂ ਉਨੀਆਂ ਹੀ ਸੀਟਾਂ ਦੇ ਆਧਾਰ ਨਾਲ ਸਵਾਰੀਆਂ ਜਿਹੜੀਆਂ ਬਿਠਾਈਆਂ ਜਾਣਗੀਆਂ ਬੱਸ ਦੇ ਵਿੱਚ। ਠੀਕ ਵਾ, ਚਲੋ। ਜੇਕਰ ਨਾਲ ਦੀ ਨਾਲ ਵੀ ਕਿਹਾ ਗਿਆ ਕਿ ਜੇਕਰ ਆਧਾਰ ਕਾਰਡ ਦੀ ਦਿੱਕਤ ਆਉਂਦੀ ਹੈ ਤਾਂ ਉਹ ਵੀ ਹੋ ਸਕਦਾ ਕਿ ਸਿਸਟਮ ਬੰਦ ਹੋ ਜਾਏਗਾ ਆਉਣ ਵਾਲੀ, ਜਦੋਂ ਬੀਬੀਆਂ ਦਾ ਆਧਾਰ ਕਾਰਡ ਵਿਖਾ ਕੇ ਸਫ਼ਰ ਹੁੰਦਾ। ਠੀਕ ਵਾ, ਹੋਣਾ ਚਾਹੀਦਾ। ਮਤਲਬ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਕੱਲ ਨੂੰ? ਨਾ, ਕੋਈ ਨਹੀਂ, ਕੋਈ ਨਹੀਂ, ਹੋਣਾ ਚਾਹੀਦਾ ਸੀ ਤੈਨੂੰ, ਹੋਣਾ ਚਾਹੀਦਾ। ਜਿਹੜੇ ਜਦੋਂ ਸਵਾਰੀਆਂ ਚੜ੍ਹਦੀਆਂ ਵਾ ਉਹ ਇੱਕ ਦੂਜੇ ਨੂੰ ਜਦੋਂ ਬੀਬੀਆਂ ਘੁੱਟਦੀਆਂ ਗਲ ਭਾਵੇਂ ਕਿਦਾਂ ਘੁੱਟਿਆ ਜਾਵੇ, ਉਹ ਨਹੀਂ ਵੀ ਇਹਦੀਆਂ, ਤੇ ਸਗੋਂ ਚਾਹੀਦਾ ਕਿਰਾਇਆ ਲੱਗਣਾ ਚਾਹੀਦਾ ਸੀ, ਲੱਗਣਾ ਚਾਹੀਦਾ। ਲੱਗਣਾ ਚਾਹੀਦਾ ਕਿਰਾਇਆ, ਕਿ ਮਾੜਿਆਂ ਨੂੰ ਓਦਾਂ ਹੀ ਧੱਕਾ ਦੇ ਕੇ ਸੁੱਟ ਜਾਂਦੀਆਂ ਵਾ, ਹੈ ਕਿ ਨਹੀਂ? ਅਸੀਂ ਤਾਂ ਨੇ ਕਿਰਾਇਆ ਲੱਗਣਾ ਚਾਹੀਦਾ ਵਾ ਵੀ, ਆਹੋ ਬੀਬੀਆਂ ਨਾ ਪਰੇਸ਼ਾਨ ਹੋਣ। ਆਹੋ, ਜਿਸ ਤਰੀਕੇ ਨਾਲ ਸੀਟਾਂ ਦਾ ਵੀ ਉਹਨਾਂ ਵੱਲੋਂ ਕਿਹਾ ਗਿਆ, ਕਿਉਂਕਿ ਹਾਲਾਂਕਿ ਸਰਕਾਰ ਦਾ ਐਲਾਨ ਨਹੀਂ ਗਾ, ਇਹ ਜਿਹੜੇ ਮੁਲਾਜ਼ਮ ਹੈਗੇ ਨੇ PRTC ਤੇ ਬੱਸ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ, ਤੇ ਇਹ ਫੈਸਲੇ ਨੂੰ ਕਿਵੇਂ ਵੇਖਦੇ? ਵਧੀਆ ਵਾ, ਜਿੰਨੀਆਂ ਸਵਾਰੀਆਂ ਬਹਿਣਗੀਆਂ ਹੁੰਦੀਆਂ ਬਹਿਣਗੀਆਂ, ਵਾਧੂ ਨਹੀਂ ਬਹਿਣਗੇ, ਠੀਕ ਆ। ਹਾਂਜੀ, ਠੀਕ ਆ, ਅਸੀਂ ਤੇ ਰਾਜਾ ਬੰਦੇ ਆ। ਹਾਂਜੀ, ਕਿਉਂਕਿ ਅਗਰ ਪਹਿਲਾਂ ਵੇਖਿਆ ਜਾਂਦਾ ਸੀ ਜਿਹੜੇ ਰੂਟਾਂ ਦੇ ਉੱਤੇ ਬੱਸਾਂ ਜਾਂਦੀਆਂ ਸਨ ਤਾਂ ਲੋਕ ਲੜਦੇ ਦਿਖਾਈ ਦਿੰਦੇ ਸਨ, ਝਗੜਦੇ ਦਿਖਾਈ ਦਿੰਦੇ ਸਨ, ਤਾਂ ਹੁਣ ਉਹ ਚੀਜ਼ਾਂ ਤੋਂ ਕਿਤੇ ਨਾ ਰਾਹਤ ਮਿਲੇਗੀ? ਮਿਲੂਗੀ, ਮਿਲੂਗੀ, ਹਾਂਜੀ ਮਿਲੇਗੀ, ਅਸੀਂ ਤਾਂ ਖੁਸ਼ ਹਾਂ। ਜਿਹੜੀ ਸਿੱਧੀ ਗੱਲ ਵਾ, ਕਿਰਾਇਆ ਚੰਗਾ ਵਾ, ਨਹੀਂ ਸੌਖਿਆਂ ਜਾਣਾ ਚਾਹੀਦਾ, ਇਹ ਥੋੜੀ ਗੱਲ ਵਾ। ਆਹੋ, ਧੱਕੇ ਦਿੰਦੀਆਂ ਵਾ, ਮਾੜੇ ਬੰਦੇ ਨੂੰ ਤਾਂ ਚੜ੍ਹ ਨਹੀਂ ਦਿੰਦੀਆਂ ਬੀਬੀਆਂ, ਜਿਹੜੀ ਗੱਲ ਵਾ। ਵੇਖਿਆ ਕਿ ਖਾਸ ਤੌਰ ਦੇ ਉੱਤੇ ਜੋ ਬੀਬੀਆਂ ਵੱਲੋਂ ਵੀ ਇਹ ਚੀਜ਼ ਦਾ ਹੁੰਗਾਰਾ ਭਰਿਆ ਗਿਆ ਕਿ ਜਿਹੜੀਆਂ ਸਵਾਰੀਆਂ ਨੇ ਉਹ 52 ਹੀ ਠੀਕ ਆ ਬੱਸ ਦੇ ਵਿੱਚ ਬਿਠਾਈਆਂ ਜਾਣ, ਅਤੇ ਨਾਲ ਦੀ ਨਾਲ ਜਿਹੜੀਆਂ ਬੀਬੀਆਂ ਦੇ ਆਧਾਰ ਕਾਰਡ ਲੱਗਦੇ ਨੇ ਉਹ ਸਿਸਟਮ ਜੋ ਵਾ ਬੰਦ ਹੋਣਾ ਚਾਹੀਦਾ, ਜਿਸ ਦੇ ਕਾਰਨ ਰਸ਼ ਜੋ ਵਾ ਸਭ ਤੋਂ ਜ਼ਿਆਦਾ ਬੱਸਾਂ ਦੇ ਵਿੱਚ ਵੇਖਣ ਨੂੰ ਮਿਲਦਾ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਰ ਸੁਨਕ, ਜਗਬਾਣੀ TV, ਸ਼੍ਰੀ ਅੰਮ੍ਰਿਤਸਰ ਸਾਹਿਬ।